ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਤੇ ਇਸ ਸਮੇਂ ਦੀ ਵੱਡੀ ਮੰਦਭਾਗੀ ਘਟਨਾ ਹੁਸ਼ਿਆਰਪੁਰ ਦੇ ਦਸੂਹੇ ਤੋਂ ਆ ਰਹੀ ਹੈ ਜਿੱਥੇ ਦੋ ਸਕੂਲੀ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। ਇਹ ਸਕੂਲੀ ਬੱਚੇ ਸਵੇਰੇ ਤਿਆਰ ਹੋ ਕੇ ਸਕੂਲ ਲਈ ਜਾ ਰਹੇ ਸਨ ਕਿ ਇਹਨਾਂ ਦੇ ਮੋਟਰਸਾਈਕਲ ਦੀ ਟੱਕਰ ਰਸਤੇ ਵਿੱਚ ਟਰੱਕ ਦੇ ਨਾਲ ਹੋ ਗਈ। ਟੱਕਰ ਇੰਨੀ ਜ਼ਬਰਦਸਤ ਹੋ ਗਈ ਕਿ ਇਹਨਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਤੁਹਾਨੂੰ ਦੱਸ ਦਈਏ ਕਿ ਚਾਰ ਵਿਦਿਆਰਥੀ ਜ਼ਖਮੀ ਹੋਏ ਸਨ ਜਿਨ੍ਹਾਂ ਵਿੱਚੋਂ ਦੋ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਤੇ ਦੋ ਵਿਦਿਆਰਥੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਇੱਕ ਵਾਰ ਫਿਰ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਹੁਸ਼ਿਆਰਪੁਰ ਦੇ ਤਸੂਹਾ ਵਿੱਚ ਮਿਆਨੀ ਓਵਰ ਬ੍ਰਿਜ ਤੇ ਇਹ ਹਾਦਸਾ ਵਾਪਰਿਆ ਹੈ ਤੇ ਹਾਦਸੇ ਵਿੱਚ ਦੋ ਮੋਟਰਸਾਈਕਲ ਤੇ ਵਿਦਿਆਰਥੀ ਸਵਾਰ ਸਨ ਜਿਹੜੇ ਸਵੇਰੇ ਸਵੇਰੇ ਤਿਆਰ ਹੋ ਕੇ ਸਕੂਲ ਲਈ ਰਵਾਨਾ ਹੋ ਰਹੇ ਸਨ ਕਿ ਰਸਤੇ ਵਿੱਚ ਹੀ ਇਹਨਾਂ ਦੀ ਬਾਈਕ ਟਰੱਕ ਦੇ ਨਾਲ ਟਕਰਾ ਜਾਂਦੀ ਹੈ ਤੇ ਜ਼ਬਰਦਸਤ ਐਨੀ ਟੱਕਰ ਹੁੰਦੀ ਹੈ ਕਿ ਮੌਕੇ ਤੇ ਹੀ ਦੋ ਵਿਦਿਆਰਥੀਆਂ ਨੇ ਦਮ ਤੋੜ ਦਿੱਤਾ ਤੇ ਇਸ ਦੇ ਨਾਲ ਹੀ ਦੋ ਵਿਦਿਆਰਥੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਜਲੰਧਰ ਦੇ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਤਾਨੂ ਦਾਸੀਏ ਕਿ ਮਿਆਨੀ ਓਵਰ ਬ੍ਰਿਜ ਤੇ ਇਹ ਹਾਦਸਾ ਵਾਪਰਿਆ ਤੇ ਜਿਸ ਨੇ ਵੀ ਇਹ ਟੱਕਰ ਦੇਖੀ ਉਸ ਦੀ ਰੂਹ ਤੱਕ ਕੰਬ ਉੱਠੀ ਸੀ ਕਿਉਂਕਿ ਜ਼ਬਰਦਸਤ ਇਹ ਟੱਕਰ ਹੋਈ ਹੈ ਤੇ ਮੌਕੇ ਤੇ ਹੀ ਦੋ ਵਿਦਿਆਰਥੀਆਂ ਨੇ ਦਮ ਤੋੜ ਦਿੱਤਾ ਤੇ ਉਮਰ ਦੀ ਜੇ ਗੱਲ ਕਰੀਏ ਤਾਂ ਇਹਨਾਂ ਵਿਦਿਆਰਥੀਆਂ ਦੀ ਉਮਰ 13 ਤੋਂ 16 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ ਤੇ ਜਿਨ੍ਹਾਂ ਵਿਦਿਆਰਥੀਆਂ ਦੀ ਮੌਤ ਹੋਈ ਹੈ ਉਹਨਾਂ ਦੀ ਉਮਰ 16 16 ਸਾਲ ਹੈ ਮਤਲਬ ਕਿ ਜੋ ਜ਼ਖਮੀ ਹੋਏ ਨੇ ਉਹਨਾਂ ਦੀ ਉਮਰ 13 14 ਦੇ ਵਿਚਕਾਰ ਹੈ ਤੇ ਜੋ ਵਿਅਕਤੀਆਂ ਦੀ ਵਿਦਿਆਰਥੀਆਂ ਦੀ ਮੌਤ ਹੋਈ ਹੈ ਉਹਨਾਂ ਦੀ ਉਮਰ 16 ਸਾਲ ਦੇ ਵਿਚਕਾਰ ਹੈ ਤੇ ਇਹ ਸਵੇਰੇ ਤਿਆਰ ਹੋ ਕੇ ਘਰੋਂ ਸਕੂਲ ਲਈ ਨਿਕਲੇ ਸਨ ਤੇ ਇਹ ਵਿਦਿਆਰਥੀ ਜਿਹੜੇ ਨੇ ਇਹ ਡੀਆਈਵੀ ਸਕੂਲ ਦੇ ਦੱਸੇ ਜਾ ਰਹੇ ਨੇ ਜਿਹੜੇ ਤਿਆਰ ਹੋ ਕੇ ਸਵੇਰੇ ਘਰੋਂ ਨਿਕਲੇ ਸਨ ਸਕੂਲ ਦੇ ਲਈ ਪਰ ਰਸਤੇ ਦੇ ਵਿੱਚ ਇਹਨਾਂ ਦੇ ਨਾਲ ਦਰਦਨਾਕ ਹਾਦਸਾ ਵਾਪਰ ਜਾਂਦਾ ਇਹਨਾਂ ਦੇ ਮੋਟਰਸਾਈਕਲ ਦੀ ਸਿੱਧੀ ਟੱਕਰ ਟਰੱਕ ਦੇ ਨਾਲ ਹੋ ਜਾਂਦੀ ਹੈ ਜਬਰਦਸਤ ਇਹ ਟੱਕਰ ਹੋਈ ਇਸੇ ਲਈ ਦੋ ਵਿਦਿਆਰਥੀਆਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਅਤੇ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ ਇਸੇ ਲਈ ਉਹਨਾਂ ਨੂੰ ਜਲੰਧਰ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਜਦੋਂ ਇਹ ਹਾਦਸਾ ਹੋਇਆ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਮਾਪੇ ਕਿਸਰਾ ਰੋ ਰਹੇ ਨੇ ਕਿਉਂਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਪੁੱਤ ਮੌਤ ਦੇ ਮੂੰਹ ਵਿੱਚ ਜਾ ਪਏ ਨੇ ਜਬਰਦਸਤ ਉਹਨਾਂ ਦੀ ਟੱਕਰ ਗਈ ਹੈ ਟਰੱਕ ਦੇ ਨਾਲ ਤਾਂ ਉਹਨਾਂ ਦੇ ਪੈਰਾ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਮਾਪਿਆਂ ਨੇ ਸਵੇਰੇ ਉਹਨਾਂ ਨੂੰ ਤਿਆਰ ਕਰਕੇ ਸਕੂਲ ਦੇ ਲਈ ਭੇਜਿਆ ਸੀ ਤੇ ਉਹਨਾਂ ਨੇ ਉਮੀਦ ਨਹੀਂ ਕੀਤੀ ਸੀ ਕਿ ਇਹ ਹਾਦਸਾ ਰਸਤੇ ਦੇ ਵਿੱਚ ਉਹਨਾਂ ਦੇ ਨਾਲ ਵਾਪਰ ਜਾਏਗਾ ਅੱਖਾਂ ਦੇ ਤਾਰੇ ਅੱਖਾਂ ਤੋਂ ਓਲੇ ਹੋ ਗਏ ਇਸ ਲਈ ਅੱਜ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੁਸੀਂ ਤਸਵੀਰਾਂ ਵਿੱਚ ਹਾਲਾਤ ਦੇ ਸਕਦੇ ਹੋ ਕਿ ਜੋ ਵੀ ਹਸਪਤਾਲ ਦੇ ਵਿੱਚ ਪਹੁੰਚਿਆ ਹਰ ਕੋਈ ਰੋ ਰਿਹਾ ਸੀ ਤੁਹਾਨੂੰ ਦੱਸਦੀਏ ਕਿ ਹਰ ਇਹਨਾਂ ਦੇ ਘਰ ਵਿੱਚ ਸੋਗ ਦੀ ਲਹਿਰ ਦੌੜ ਪਈ ਹੈ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ ਮਾਪਿਆਂ ਲਈ ਇੱਕ ਵੱਡਾ ਘਾਟਾ ਪਿਆ ਹੈ ਕਿਉਂਕਿ ਜਵਾਨੀ ਦੇ ਵਿੱਚ ਹੀ ਇਹਨਾਂ ਬੱਚਿਆਂ ਨੇ ਹਜੇ ਪੈਰ ਰੱਖਿਆ ਸੀ ਮਹਿਜ਼ 16 16 ਸਾਲ ਦੀ ਉਮਰ ਦੇ ਦੋ ਇਹ ਬੱਚੇ ਸਨ ਜਿਨ੍ਹਾਂ ਦੀ ਮੌਤ ਹੋਈ ਹੈ ਇਸੇ ਲਈ ਮਾਪੇ ਜ਼ਿਆਦਾ ਦੁਖੀ ਨੇ ਕਿਉਂਕਿ ਮਾਪਿਆਂ ਨੇ ਇਹਨਾਂ ਦੇ ਲਈ ਸੁਪਨੇ ਸੁਝਾਏ ਹੋਏ ਸਨ ਕਿ ਵੱਡੇ ਹੋ ਕੇ ਮਾਪਿਆਂ ਦੇ ਸਹਾਰਾ ਬਣਨਗੇ ਉਹਨਾਂ ਨੂੰ ਸਹਾਰਾ ਦੇਣਗੇ ਪਰ ਸਹਾਰਾ ਸਹਾਰਾ ਬਣਨ ਤੋਂ ਪਹਿਲਾਂ ਹੀ ਇਹ ਮੌਤ ਦੇ ਮੂੰਹ ਵਿੱਚ ਜਾ ਪਏ ਇੱਕ ਵਾਰ ਫਿਰ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇਹ ਰੂ ਕੰਬਾਉ ਹਾਦਸਾ ਜਿਹੜਾ ਹੈ ਹੁਸ਼ਿਆਰਪੁਰ ਦੇ ਦਸੂਹਾ ਵਿੱਚ ਮਿਆਣੀ ਓਵਰ ਬਰਸ ਤੇ ਵਾਪਰਿਆ ਹੈ ਆ ਮੋਟਰਸਾਈਕਲ ਦੀ ਸਿੱਧੀ ਟੱਕਰ ਟਰੱਕ ਦੇ ਨਾਲ ਹੋ ਜਾਂਦੀ ਹੈ ਜਦੋਂ ਇਹ ਟੱਕਰ ਹੋਈ ਜਿਸ ਨੇ ਵੀ ਇਹ ਟੱਕਰ ਦੇਖੀ ਉੱਥੇ ਮੌਜੂਦ ਹਰ ਇੱਕ ਵਿਅਕਤੀ ਦੀ ਰੂਹ ਕੰਬੁੱਠੀ ਕਿਉਂਕਿ ਜ਼ਬਰਦਸਤ ਮੋਟਰਸਾਈਕਲ ਦੀ ਟੱਕਰ ਟਰੱਕ ਦੇ ਨਾਲ ਹੋ ਜਾਂਦੀ ਹੈ ਤੇ ਮੌਕੇ ਤੇ ਹੀ ਦੋ ਵਿਦਿਆਰਥੀ ਜਿਹੜੇ ਨੇ 16 16 ਸਾਲ ਦੇ ਉਹ ਦਮ ਤੋੜ ਦਿੰਦੇ ਨੇ ਅਤੇ ਦੋ ਵਿਦਿਆਰਥੀ ਜਿਹੜੇ ਨੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਮੌਕੇ ਤੇ ਜੋ ਲੋਕ ਮੌਜੂਦ ਸਨ ਉਹਨਾਂ ਨੇ ਦੋ ਵਿਦਿਆਰਥੀਆਂ ਨੂੰ ਜਲੰਧਰ ਦੇ ਹਸਪਤਾਲ ਦੇ ਵਿੱਚ ਪਹੁੰਚਾਇਆ ਕਿਉਂਕਿ ਉਹਨਾਂ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਇਸੇ ਲਈ ਉਹਨਾਂ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਸਵੇਰੇ ਸਵੇਰੇ ਇਹ ਹਾਦਸਾ ਵਾਪਰਿਆ ਇਸੇ ਲਈ ਹਰ ਕਿਸੇ ਦੀ ਅੱਖ ਨੰਮ ਦੇਖੀ ਗਈ ਤੁਸੀਂ ਪਰਿਵਾਰ ਵਾਲਿਆਂ ਦਾ ਹਾਲ ਦੇਖ ਸਕਦੇ ਹੋ ਪਰਿਵਾਰ ਵਾਲੇ ਜਿਹੜੇ ਹਸਪਤਾਲ ਪਹੁੰਚ ਰਹੇ ਨੇ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਹੈ ਕਿਉਂਕਿ ਇਹ ਨੌਜਵਾਨ ਮਹਿਜ 16 ਸਾਲ ਦੇ ਸਨ ਹਜੇ ਜਵਾਨੀ ਦੇ ਵਿੱਚ ਇਹਨਾਂ ਨੇ ਪੈਰ ਰੱਖਿਆ ਸੀ ਪਰ ਜਵਾਨੀ ਵਿੱਚ ਪੈਰ ਰੱਖਣ ਤੋਂ ਪਹਿਲਾਂ ਹੀ ਇਮੋਰ ਦੇ ਮੂਹ ਵਿੱਚ ਝਾ ਪਏ ਇਹਨਾਂ ਦੀ ਟੱਕਰ ਜਿਹੜੀ ਹੈ ਟਰੱਕ ਦੇ ਨਾਲ ਹੋ ਗਈ ਤੇ ਹੁਣ ਇੱਥੇ ਇਹ ਵੀ ਪੁਲਿਸ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਚਾਰ ਵਿਦਿਆਰਥੀ ਦੋ ਦੀ ਮੌਤ ਹੋ ਚੁੱਕੀ ਹੈ ਦੋ ਜ਼ਖਮੀ ਹੋਏ ਨੇ ਕਿ ਇਹ ਚਾਰੋਂ ਮੋਟਰਸਾਈਕਲ ਤੇ ਸਵਾਰ ਸਨ ਜਾਂ ਫਿਰ ਦੋ ਮੋਟਰਸਾਈਕਲ ਤੇ ਸਨ ਤੇ ਦੋ ਪੈਦਲ ਆ ਰਹੇ ਸਨ ਇਹ ਹਜੇ ਪੁਲਿਸ ਪਤਾ ਲਗਾ ਰਹੀ ਹੈ ਕਿਉਂਕਿ ਅਗਰ 16 ਸਾਲ ਦੇ ਵਿਦਿਆਰਥੀ ਸਨ ਉਮਰ ਵੀ ਨਾ ਦੀ ਕਾਟਾ ਇਹਨਾਂ ਕੋ ਲਾਇਸੈਂਸ ਵੀ ਨਹੀਂ ਸੀ ਇੱਥੇ ਮਾਪਿਆਂ ਦੀ ਵੀ ਵੱਡੀ ਗਲਤੀ ਆਪਾਂ ਕਹਿ ਸਕਦੇ ਹਾਂ ਕਿ ਬਿਨਾਂ ਲਾਇਸੈਂਸ ਤੋਂ ਤੁਸੀਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਮੋਟਰਸਾਈਕਲ ਚਲਾਣ ਦਿੰਦੇ ਹੋ ਕਿਉਂਕਿ ਅੱਜ ਕੱਲ ਦੀ ਅਲੜ ਉਮਰ ਦੇ ਜੋ ਬੱਚੇ ਹੁੰਦੇ ਨੇ ਉਹ ਮੋਟਰਸਾਈਕਲ ਨੂੰ ਤੇਜ਼ ਰਫ਼ਤਾਰ ਦੇ ਨਾਲ ਚਲਾਉਂਦੇ ਨੇ ਇਸੇ ਲਈ ਵੀ ਕਈ ਹਾਦਸੇ ਵਾਪਰ ਜਾਂਦੇ ਨੇ ਤੇ ਹੁਣ ਇਹ ਵੀ ਪੁਲਿਸ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਦੇ ਵਿੱਚ ਗਲਤੀ ਕਿਸ ਦੀ ਸੀ ਗਲਤੀ ਟਰੱਕ ਵਾਲੇ ਦੀ ਸੀ ਜਾਂ ਫਿਰ ਇਹਨਾਂ ਵਿਦਿਆਰਥੀਆਂ ਦੀ ਸੀ ਰਫ਼ਤਾਰ ਕੀ ਸੀਗੀ ਮੋਟਰਸਾਈਕਲ ਦੀ ਤੇ ਟਰੱਕ ਦੀ ਜਿਸ ਦੇ ਕਾਰਨ ਇਹ ਟੱਕਰ ਹੋਈ ਹੈ ਕੀ ਕਾਰਨ ਰਹੇ ਨੇ ਪੁਲਿਸ ਹੁਣ ਇਸ ਦੀ ਜਾਂਚ ਕਰ ਰਹੀ ਹੈ ਕਿਉਂਕਿ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਸੀ ਪੁਲਿਸ ਨੇ ਜੋ ਮ੍ਰਿਤਕ ਸਨ ਉਹਨਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਪਹੁੰਚਾ ਦਿੱਤਾ ਹੈ ਤੇ ਦੋ ਵਿਦਿਆਰਥੀ ਜਿਹੜੇ ਜ਼ਿਆਦਾ ਗੰਭੀਰ ਜ਼ਖਮੀ ਹੋਏ ਸਨ ਉਹਨਾਂ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ ਤੇ ਦੱਸਈਏ ਕਿ ਪਿਆਨਕ ਇਹ ਟੱਕਰ ਹੈ ਜਿਸ ਨੇ ਵੀ ਇਹ ਮੰਜ਼ਰ ਦੇਖਿਆ ਉਸ ਦੀ ਰੂਹ ਤੱਕ ਕੰਬ ਉੱਠੀ ਸੀ ਕਿਉਂਕਿ ਜ਼ਬਰਦਸਤ ਇਹ ਟੱਕਰ ਹੋਈ ਹੈ ਸਿੱਧੀ ਟੱਕਰ ਹੋਈ ਹੈ ਇਸੇ ਲਈ ਕਾਫੀ ਜ਼ਿਆਦਾ ਨੁਕਸਾਨ ਹੋਇਆ ਦੋ ਵਿਦਿਆਰਥੀਆਂ ਨੇ ਮੌਕੇ ਤੇ ਦਮ ਤੋੜ ਦਿੱਤਾ ਹੈ ਤੇ ਦੋ ਗੰਭੀਰ ਜ਼ਖਮੀ ਹੋਏ ਨੇ ਤੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਇਹ ਵਿਦਿਆਰਥੀ ਡੀਏਵੀ ਸਕੂਲ ਦੇ ਦੱਸੇ ਜਾ ਰਹੇ ਨੇ ਤੇ 12ਵੀਂ ਜਮਾਤ ਦੇ ਵਿੱਚ ਇਹ ਪੜ੍ਹਦੇ ਸਨ ਤੇ ਇੱਕ ਦਾ ਨਾਮ ਜਿਹੜਾ ਨਵਦੀਪ ਦੱਸਿਆ ਜਾ ਰਿਹਾ ਹੈ ਤੇ ਬਾਕੀਆਂ ਦੇ ਨਾਮ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ ਪਰ ਦੱਸ દઈએ ਕਿ ਜੋ ਵੀ ਇਹ ਘਟਨਾ ਵਾਪਰੀ ਹੈ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਸਵੇਰੇ ਸਵੇਰੇ ਹੀ ਉਨਾ ਮਾਪਿਆਂ ਦੇ ਲਈ ਇਹ ਬੁਰੀ ਖਬਰ ਹੈ ਜਿਨ੍ਹਾਂ ਦੇ ਪੁੱਤ ਇਸ ਜਹਾਨ ਤੋਂ ਚਲੇ ਗਏ ਕਿਉਂਕਿ 16 ਸਾਲ ਦੇ ਸਨ ਹਜੇ ਇਹਨਾਂ ਨੇ ਕਾਫੀ ਜ਼ਿਆਦਾ ਸੁਪਨੇ ਸਜਾਉਣੇ ਸਨ ਮਾ ਮਾਪ ਦੇ ਸੁਪਨੇ ਪੂਰੇ ਕਰਨੇ ਸਨ ਮਾਪ ਦਾ ਸਹਾਰਾ ਬਣਨਾ ਸੀ ਪਰ ਸਹਾਰਾ ਬਣਨ ਤੋਂ ਪਹਿਲਾਂ ਹੀ ਇਹ ਮੌਤ ਦੇ ਮੂੰਹ ਵਿੱਚ ਆ ਪਈ ਜੀ ਹਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਵੱਡੀ ਮੰਦਭਾਗੀ ਘਟਨਾ ਹੁਸ਼ਿਆਰਪੁਰ ਦੇ ਦਸੂਹਾ ਤੋਂ ਆ ਰਹੀ ਹੈ ਜਿੱਥੇ ਮੋਟਰਸਾਈਕਲ ਸਵਾਰ 16 ਸਾਲ ਦੇ ਵਿਦਿਆਰਥੀਆਂ ਦੀ ਸਿੱਧੀ ਦਸੂਏ ਦੇ ਵਿੱਚ ਅਕਦੇ ਨਾਲ ਹੋ ਜਾਂਦੀ ਹੈ ਜਦੋਂ ਇਹ ਟੱਕਰ ਹੁੰਦੀ ਹੈ ਤਾਂ ਉੱਥੇ ਜੋ ਵੀ ਲੋਕ ਮੌਜੂਦ ਸਨ ਜਿਨ੍ਹਾਂ ਨੇ ਟੱਕਰ ਦੇਖੀ ਹੈ ਉਹਨਾਂ ਦੀ ਰੂਹ ਤੱਕ ਕੰਬੁੱਠੀ ਕਿਉਂਕਿ ਜ਼ਬਰਦਸਤ ਇਹ ਟੱਕਰ ਹੋਈ ਹੈ ਤੇ ਇਸੇ ਲਈ ਦੋ ਵਿਦਿਆਰਥੀਆਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਅਤੇ ਦੋ ਵਿਦਿਆਰਥੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਤੇ ਉਹਨਾਂ ਨੂੰ ਜਲੰਧਰ ਦੇ ਇੱਕ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਤੇ ਹੁਣ ਪੁਲਿਸ ਇਹਨਾਂ ਉਹਨਾਂ ਕਾਰਨਾਂ ਦਾ ਪਤਾ ਲਗਾ ਰਹੀ ਹੈ ਕਿ ਕਿਸ ਕਾਰਨ ਕਰਕੇ ਇਹ ਟੱਕਰ ਹੋਈ ਹੈ ਇਸ ਦੇ ਵਿੱਚ ਚਾ ਬਾਈਕ ਸਵਾਰ ਇਨ੍ਹਾਂ ਵਿਦਿਆਰਥੀਆਂ ਦੀ ਗਲਤੀ ਸੀ ਜਾਂ ਫਿਰ ਟਰੱਕ ਡਰਾਈਵਰ ਦੀ ਗਲਤੀ ਸੀ ਕਿਸ ਦੀ ਗਲਤੀ ਕਰਕੇ ਇਹ ਭਿਆਨਕ ਹਾਦਸਾ ਵਾਪਰਿਆ ਇਸ ਦਾ ਹੁਣ ਪੁਲਿਸ ਪਤਾ ਲਗਾ ਰਹੀ ਹੈ ਤੇ ਆ ਹੁਣ ਸੁਣਾਉਂਦੇ ਆ ਕਿ ਇਸ ਤੇ ਐਮਐਲਏ ਕਰਮਵੀਰ ਸਿੰਘ ਹੰਮੜ ਨੇ ਕੀ ਕਿਹਾ ਕਿਉਂਕਿ ਮੌਕੇ ਤੇ ਫਿਰ ਕਰਮਵੀਰ ਸਿੰਘ ਹੰਮੜ ਜੋ ਦਸੂਹੇ ਦੇ ਐਮਐਲਏ ਨੇ ਉਹ ਵੀ ਉੱਥੇ ਪਹੁੰਚੇ ਉਹਨਾਂ ਨੇ ਵੀ ਦੁੱਖ ਪ੍ਰਗਟਾਇਆ ਕਿ ਜੋ ਵੀ ਇਹ ਘਟਨਾ ਵਾਪਰੀ ਹੈ ਬਹੁਤ ਹੀ ਜ਼ਿਆਦਾ ਭਿਆਨਕ ਘਟਨਾ ਵਾਪਰੀ ਹੈ ਦੁੱਖ ਪ੍ਰਗਟਾਉਂਦੇ ਆ ਉਹਨਾਂ ਨੇ ਪਰਿਵਾਰ ਦੇ ਲਈ ਹਮਦਰਦੀ ਜਤਾਈ ਹੈ ਮੌਕੇ ਤੇ ਪਹੁੰਚ ਗਏ ਸਨ ਇਸੇ ਨਾਲ ਹੀ ਪੁਲਿਸ ਵੀ ਮੌਕੇ ਤੇ ਪਹੁੰਚੀ ਆ ਉਹਨਾਂ ਦਾ ਬਿਆਨ ਵੀ ਤੁਹਾਨੂੰ ਸੁਣਾਉਂਦੇ ਆ ਕਿ ਪੁਲਿਸ ਦਾ ਕੀ ਕਹਿਣਾ ਹੈ ਇਸ ਦੇ ਬਾਰੇ ਤੇ ਇਸ ਦੇ ਨਾਲ ਹੀ ਡਾਕਟਰਾਂ ਦਾ ਕੀ ਕਹਿਣਾ ਹੈ ਉਹਨਾਂ ਦੋ ਵਿਦਿਆਰਥੀਆਂ ਬਾਰੇ ਜੋ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਇਹ ਸਭ ਤੁਹਾਨੂੰ ਸੁਣਾਉਂਦੇ ਆ ਦਸੂਏ ਦੇ ਵਿੱਚ ਅੱਜ ਲੱਗਣ ਚੌਕ ਫਲਾਈਓਵਰ ਤੇ ਐਕਸੀਡੈਂਟ ਹੋਇਆ ਜੀ ਉੱਥੇ ਜਿਹਦੇ ਵਿੱਚ ਸਾਡੇ ਡੀਏਵੀ ਬਲੱਗਨ ਸਕੂਲ ਦੇ ਚਾਰ ਬੱਚੇ ਉਹਨਾਂ ਦੇ ਵਿੱਚੋਂ ਦੋਹਾਂ ਦੀ ਮੌਕੇ ਤੇ ਡੈਥ ਹੋਈ ਹੈ ਤੇ ਦੋ ਬੱਚੇ ਜੋ ਸੀਰੀਅਸ ਆ ਉਹ ਸਿਵਲ ਹਸਪੀਟਲ ਵੱਲੋਂ ਸ਼੍ਰੀਮਨ ਹਸਪੀਟਲ ਦੇ ਵਿੱਚ ਰੈਫਰ ਕੀਤੇ ਗਏ ਬਹੁਤ ਜ਼ਿਆਦਾ ਦੁਖਦਾਈ ਘਟਨਾ ਹੈ ਵਾਪਰੀ ਅੱਜ ਦਸੂਵੇ ਵਾਸੀਆਂ ਵਾਸਤੇ ਰੋਜ਼ ਨਾ ਰੋਜ਼ ਐਹੋ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਬਹੁਤ ਦੁੱਖ ਲੱਗਾ ਇਹ ਚੀਜ਼ ਸੁਣ ਕੇ ਅੱਜ ਪਰਿਵਾਰ ਦੇ ਨਾਲ ਅਸੀਂ ਦੁੱਖ ਸਾਂਝਾ ਕਰਦੇ ਹਾਂ ਸਾਰੇ ਸਾਡੇ ਇੱਥੇ ਐਸਐਮਓ ਸਾਹਿਬ ਖੜੇ ਨੇ ਕਾਉਂਸਲਰ ਸਾਹਿਬਾਨ ਖੜੇ ਨੇ ਹੋਰ ਵੀ ਸਾਰੇ ਸ਼ਹਿਰ ਵਾਸੀ ਇੱਥੇ ਸੋ ਬਹੁਤ ਦੁਖਦਾਈ ਘਟਨਾ ਹੈ ਸਰ ਅੱਜ ਅਪਰਕਸਿਮੇਟ ਸURE 8:00 ਵਜੇ ਤੇ ਲੱਗੇ ਛਕੇ ਆ ਚਾਰ ਬੱਚੇ ਇੱਕ ਐਕਸੀਡੈਂਟ ਹੋਇਆ ਟਰੱਕ ਦੇ ਚਪੇਟ ਚ ਆਏ ਸਨ ਫਲਾਈਓਵਰ ਦੇ ਉੱਤੇ ਉਹਨਾਂ ਦੇ ਵਿੱਚੋਂ ਦੋ ਜਿਹੜੇ ਸੀ ਬਰਾਡਟ ਸੀ ਦੋ ਜਿਹੜੇ ਬਹੁਤ ਛਿਹਰੇ ਸੀ ਸਕੂਲ ਦੇ ਟੀਚਰਸ ਆ ਗਏ ਸਨ ਉਹਨਾਂ ਮੱਕੇ ਤੇ ਉਹਨਾਂ ਦੇ ਨਾਲ ਜਿਹੜੇ ਦੋ ਬੱਚੇ ਸੀ ਰੈਪੋਰਟ ਕੀਤੇ ਆ ਉਹ ਪਤਾ ਲੱਗਿਆ ਵੀ ਸ਼ਿਰਮਨ ਜਲੰਧਰ ਪਹੁੰਚ ਗਏ ਤੇ ਐਡਮਿਸ਼ਨ ਉਹਨਾਂ ਦੀ ਹੋ ਚੁੱਕੀ ਰਹੀ ਉੱਥੇ ਅੱਜ ਮਿਆਣੀ ਤੋਂ ਜਦੋਂ ਆਪਾਂ ਸ਼ਹਿਰ 'ਚ ਐਂਟਰ ਹੁੰਨੇ ਆ ਪੁਲ ਗੁਰਦੁਆਰਾ ਸਾਹਿਬ ਅੱਗੇ ਉਹ ਚੜਦਾ ਜੀ ਉੱਥੇ ਇੱਕ ਬੜੀ ਮੰਦ ਭਾਗੀ ਘਟਨਾ ਵਾਪਰੀ ਡੀਏਵੀ ਸਕੂਲ ਬਲਗਣਾ ਦੇ ਬੱਚੇ ਸੀਗੇ ਨਵਦੀਪ ਤੇ ਪ੍ਰਭਦੀ ਦੋ ਤਾਂ ਸਕੇ ਭਰਾ ਸੀਗੇ ਜੇ ਇੱਕ ਪਲੱਸ 2 ਦਾ ਤੇ ਇੱਕ 10ਵੀਂ ਦਾ ਬੱਚਾ ਸੀਗਾ ਜੀ ਤੇ ਦੋ ਬੱਚੇ ਸੀਗੇ ਪ੍ਰਵਾਸੀਆਂ ਦੇ ਸੁਭਾਸ਼ ਤੇ ਰੋਹਿਤ ਬਰਾਸਗੜ ਰਹਿੰਦੇ ਨੇ ਲੋਕਲੀ ਦਸੂਏ ਜੀ ਦੋ ਬੱਚਿਆਂ ਦੀ ਮੌਕੇ ਤੇ ਡੈਥ ਹੋ ਗਈ ਹੈ ਜੀ ਇੱਕ ਤਾਂ ਪ੍ਰਵਾਸੀਆਂ ਦਾ ਬੱਚਾ ਤੇ ਇੱਕ ਉਹ ਜਿਹੜੇ ਦੋ ਭਰਾ ਨਹੀਂ ਸਕੇ ਤੇ ਮੌਕੇ ਤੇ ਜਿਹੜਾ ਟਰੱਕ ਪੀਛ ਨੇ ਮੀ ਜਿਹੜੀ ਕਬਜ਼ੇ ਚ ਲੈ ਕੇ ਤੇ ਡਰਾਈਵਰ ਨੂੰ ਜਿਹੜਾ ਕਾਬੂ ਕਰ ਲਿਆ ਮੁਕੱਦਮਾ ਦਰਜ ਕਰ ਕੇ ਮੀ ਜੀ ਲਈ ਉਹਨੂੰ ਅਸੀਂ ਗ੍ਰਿਫਤਾਰ ਕਰ ਲਵਾਂਗੇ ਤੇ ਇਹ ਵੀ ਬੜੀ ਮੰਦਭਾਗੀ ਘਟਨਾ ਹੈਗੀ ਬੱਚਿਆਂ ਦੇ ਪਰਿਵਾਰਾਂ ਨਾਲ ਵੀ ਦੁੱਖ ਸਾਂਝਾ ਕਰਦੇ ਆ ਬੜੀ ਮਾੜੀ ਘਟਨਾ ਹੋਈ ਸਵੇਰੇ ਸਵੇਰੇ ਇਹ ਤੇ ਜਿਹੜੀ ਪੁਲਿਸ ਦੀ ਕਾਰਵਾਈ ਹੈਗੀ ਇਹ ਤੇ ਇਮੀਜੇਰੀ